ਅਸਲਾਮੁਅਲੈਕਮ ਜੀ। ਅੱਜ ਸੁਬਹਾ ਸੁਬਹਾ ਉੱਠਿਆ ਤਾਂ ਵੇਖਿਆ ਤਾਂ ਦਰਵਾਜ਼ੇ ਦੇ ਬਾਹਰ ਦਰਵਾਜ਼ੇ 'ਤੇ ਥੱਲੇ ਉਹਦੀ ਇੱਕ ਵਾਪੜਾ ਮੁਲਾਜ਼ਮ ਬਿੱਲ ਸੱਟ ਗਿਆ। ਬਿੱਲ ਵੇਖਿਆ ਤਾਂ ਤੋਤੇ ਉੱਡ ਗਏ ਨੇ ਅਤੇ ਬਿੱਲ ਤਾਂ ਅੱਗੇ 4-5 ਹਜ਼ਾਰ ਤੋਂ ਜ਼ਿਆਦਾ ਕਦੀ ਨਹੀਂ ਆਇਆ, ਕਿਉਂਕਿ ਬਿਜਲੀ ਦੀ ਬੱਚਤ ਕਰੀ ਦੀ ਹੈ, ਲੇਕਿਨ ਬਿੱਲ ਆਇਆ 15,500 ਰੁਪਏ। ਮੈਂ ਕਮਾਲ ਹੋ ਗਈ ਯਾਰ, ਬਿੱਲ ਚੈੱਕ ਕੀਤਾ ਅਤੇ ਵੇਖਿਆ ਤਾਂ ਯਾਰ ਬਿੱਲ 'ਤੇ ਯੂਨਿਟਾਂ ਡੱਕੀਆਂ ਸਨ 198 'ਤੇ, ਬਿੱਲ ਆ ਗਿਆ 217 ਯੂਨਿਟਾਂ। ਇੱਕ ਵਾਰੀ ਤਾਂ ਦਿਮਾਗ ਬੜਾ ਪਰੇਸ਼ਾਨ ਹੋਇਆ ਕਿ ਇਹ ਤਾਂ ਸਾਰਾ ਬਜਟ ਖਰਾਬ ਹੋ ਗਿਆ। ਉਹ ਫਿਰ ਬਿੱਲ ਠੀਕ ਕਰਵਾਉਣੇ ਲਾ ਮਹਾਲਾ, ਫਿਰ ਵਾਪਰਾ ਦਫ਼ਤਰ ਹੀ ਜਾਈਦਾ। ਮੈਂ ਵੀ ਵਾਪਰਾ ਦਫ਼ਤਰ ਚਲਾ ਗਿਆ, ਉੱਥੇ ਜਾ ਕੇ ਉਹਨਾਂ ਰਿਕੁਐਸਟ ਕੀਤੀ ਕਿ ਬਿੱਲ ਬੜਾ ਖਰਾਬ ਆ ਗਿਆ ਅਤੇ ਮਿਹਰਬਾਨੀ ਕਰੋ ਅਤੇ ਇਹਨੂੰ ਠੀਕ ਕਰ ਦਿਓ, ਕਿਉਂਕਿ ਤਸਵੀਰ ਅਤੇ ਯੂਨਿਟਾਂ 'ਚ ਫਰਕ ਹੈ, ਤਕਰੀਬਨ 19 ਯੂਨਿਟਾਂ ਦਾ। ਉਹਨਾਂ ਚੈੱਕ ਕੀਤਾ ਅਤੇ ਉਹਨਾਂ ਆਖਿਆ ਜੀ ਇਹ ਮਹਿਕਮੇ ਨੇ ਤੁਹਾਡੇ ਨਾਲ ਬੁਲਾਈ ਕੀਤੀ ਹੈ, ਬਲਕਿ ਹਕੂਮਤ ਨੇ ਜੀ ਕੀ ਬੁਲਾਈ ਹੋ ਗਈ ਸਾਡੇ ਨਾਲ। ਉਹਨਾਂ ਕਿਹਾ ਕਿ ਵਾਪਡਾ ਦੇ ਮੁਲਾਜ਼ਮੀਨ ਜਿਸ ਅੱਗੇ ਰੀਡਿੰਗ ਲੈਣ ਜਾਂਦੇ ਸਨ ਅਤੇ ਆਵਾਮ ਉਹਨਾਂ 'ਤੇ ਇਤਰਾਜ਼ ਕਰਦੀ ਸੀ ਕਿ ਜੀ ਇਹ ਲੇਟ ਰੀਡਿੰਗ ਕਰਦੇ ਨੇ। ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਇਆ ਹਕੂਮਤ ਨੇ ਇੱਕ ਫੈਸਲਾ ਕੀਤਾ ਕਿ ਆਵਾਮ ਨੂੰ ਉਹਨਾਂ ਦੀ 30 ਦਿਨਾਂ ਦਾ ਬਿੱਲ, ਯਾਨੀ 30 ਦਿਨ ਦਾ 30 ਡੇਜ਼ ਦਾ ਬਿੱਲ ਭੇਜਿਆ ਜਾਏਗਾ। ਚਾਹੇ ਮੀਟਰ ਰੀਡਰ 5 ਦਿਨਾਂ ਦੀ ਰੀਡਿੰਗ ਕਰੇ ਤਾਂ ਵੀ ਬਿੱਲ 30 ਦਿਨਾਂ ਦੀ ਜਾਏਗਾ, ਜੇ ਮੀਟਰ ਰੀਡਰ 35 ਦਿਨਾਂ ਦੀ ਰੀਡਿੰਗ ਕਰੇ ਤਾਂ ਵੀ ਬਿੱਲ 30 ਦਿਨਾਂ ਦੀ ਜਾਏਗਾ। ਇਹਦਾ ਨਾਂ ਉਹਨਾਂ ਕੋਲ ਰੱਖਿਆ ਪ੍ਰੋ ਰੈਟਾ ਕੰਜਮਪਸ਼ਨ। ਇਹ ਮੈਂ ਇਸ ਤੋਂ ਸੋਸ਼ਲ ਮੀਡੀਆ 'ਤੇ ਚਾੜ ਰਿਹਾ ਤਾਂ ਕਿ ਆਵਾਮ ਨੂੰ ਵੀ ਅਗਾਹੀ ਹੋ ਜਾਵੇ ਕਿ ਅਗਰ ਇਹੋ ਜਿਹਾ ਕੋਈ ਮਸਲਾ ਬਣੇ ਫਿਰ ਦਫ਼ਤਰ ਜਾਣ ਦਾ ਫਾਇਦਾ ਕੋਈ ਨਹੀਂ, ਚੁੱਪ ਕਰਕੇ ਆਪਣਾ ਬਿੱਲ ਜਮ੍ਹਾਂ ਕਰਾਓ। ਇਹ ਸਾਡੇ ਨਾਲ ਸਹੂਲਤ ਕੀਤੀ ਗਈ ਹੈ ਸਾਡੇ ਇਤਜਾਜ ਦੀ ਵਜ੍ਹਾ ਤੋਂ। ਉਮੀਦ ਹੈ ਫਿਰ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਈ ਹੋਵੇ ਦੀ। ਅੱਲਾ ਹਾਫਿਜ਼।